प्याले पांच पीर छठम पीर बैठा गुरफारी अर्जन काया पलट के मुहूर्त हर को बिंद सवारी चली पीरी सोनिया रूप दिखावन वारो वारी दाल भंजन को सुरमा पट जोदा बहु पर पकारी बबारियां कहानियां पुत सुपुत करेंदे माता कर सार गुरु ग्रंथ साहिब माता जी की पावन पुत्र जुड़ी अंदर अवतारी दीवान की हाजरी पर सन्मान जो सात संगत जी मन को बड़ी खुशी हुई है कि अज संगड़ा दीवान है बहुत वड्डी गिनती में गुरु प्यारिया संगतां साहिबां दे पावन दरबार च हाजरी पर रही है पासा ने ताड़ी कितों पहला रब्बी बन का कीर्तन होया आप जी ने सारिया संगतां दा सरवण कीता है ਇਹ ਤੋਂ ਪਹਿਲਾਂ ਗੁਰਦਾਸਾਂ ਨਾਲ ਟਾਣੀ ਕਿਤਾਬ ਦਿੱਤੇ ਹੋਏ ਟਾਈਮ ਮੁਤਾਬਕ ਤੁਹਾਡੀ ਸੇਵਾ ਗੁਰੂ ਧਿਆਰ ਦੇ ਪੁੰਨਾਂ ਦੇ ਕਰ ਸਕੇ ਫਤਿਹ ਬਲਾਓ ਕੁਝ ਕਹਿਣ ਵਾਸਤੇ ਅੱਗੇ ਬਖਸ਼ੋ ਪਰਮ ਸਤਿਕਾਰ ਦਿਓ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਤਵਾਰ ਤੋਂ ਲੈ ਕੇ ਇਹ ਸੋਮਵਾਰ ਤੋਂ ਲੈ ਕੇ ਦਸਾਂ ਨਾਲ ਟਾਣੀ ਜਿੱਥਾ ਸ਼ਾਮਾਂ ਦੇ ਦੁਆਨਾਂ ਵਿੱਚ ਹਾਜ਼ਰੀ ਪਾਤਾ ਰਿਹਾ ਹੈ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀਆਂ ਵਾਰਾ ਜਿਹੜੀਆਂ ਉਹ ਬੇਨਤੀ ਕੀਤਾ ਤੇ ਆ ਰਹੇ ਹਨ ਆਓ ਅੱਜ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਇਸ ਤੋਂ ਕੁਝ ਸ਼ੁਰੂ ਕਰਨਾ ਚਾਹੁੰਦਾ ਹਾਂ ਸਮਾਂ ਬੜਾ ਕੀਮਤੀ ਹੈ ਇਹ ਵਾਰ ਬਹੁਤ ਲੰਬੀ ਹੈ ਇਧਰ ਕਰਾਂਗਾ ਆਪ ਜਗਤ ਕਰਨਵਾ ਦੇ ਸਨਮਾਨ ਜੋ ਸਾਧ ਸੰਗਤ ਜੀ ਕਿਉਂਕਿ ਢਾਡੀ ਸਿੰਘ ਨੂੰ ਟਾਈਮ ਖੁੱਲਾ ਚਾਹੀਦਾ ਹੈ ਕੋਈ ਦੋ ਘੰਟੇ ਟਾਈਮ ਹੋਣ ਫਿਰ ਇਤਿਹਾਸ ਦੀ ਲੜੀ ਕਿਸੇ ਪਾਸੇ ਲੱਗ ਸਕਦੀ ਹੈ ਤੇ 15 ਮਿੰਟਾਂ ਵਿੱਚ ਇਹ ਵਾਰ ਨੂੰ ਸ਼ੁਰੂ ਕਰਨਾ ਚਾਹੁੰਦਾ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਪਹਿਲੀ ਜੰਗ ਜਿੱਤ ਕੇ ਤਰਨਤਾਰਨ ਸਾਹਿਬ ਜੀ ਤੋਂ ਹੁੰਦੇ ਹੋਏ ਗੋਬਰ ਸਾਹਿਬ ਪਹੁੰਚੇ ਫਿਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਿੱਚ ਆਏ ਸਿੰਘ ਸੰਗਤਾਂ ਨੇ ਘਿਓ ਦੇ ਦੀਵੇ ਜਗਾਏ ਆ ਕੇ ਮਹਾਰਾਜ ਨੂੰ ਵਧਾਈਆਂ ਪੇਸ਼ ਕੀਤੀਆਂ ਆ ਗਿਆ ਭਾਦਰੋਂ ਦਾ ਮਹੀਨਾ ਪਿਆਰੇ ਖਾਲਸਾ ਜੀ ਸਤੰਬਰ ਦਾ ਮਹੀਨਾ ਚੜ੍ਹਿਆ ਹੋਇਆ ਹੈ ਦੁਆਬੇ ਦੀਆਂ ਪਿਆਰੀਆਂ ਸੰਗਤਾਂ ਨੇ ਆ ਕੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਕੀਤੀ ਬੇਨਤੀ ਮਹਾਰਾਜ ਇਹ ਬਰਖਾ ਵਿਰੋਧ ਸਾਹਮਣੀ ਜਿਹੜੀ ਹੈ ਸਾਡੇ ਇਲਾਕੇ ਵਿੱਚ ਆ ਕੇ ਕੱਟੋ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ ਹਜ਼ੂਰ ਆਪਣੇ ਸੈਨਾ ਨੂੰ ਨਾਲ ਲੈ ਕੇ ਆਪਣੇ ਜੋਧੇ ਸੂਮਨ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਗੋਬਰ ਸਾਹਿਬ ਪਹੁੰਚੇ ਆਪਣੇ ਵੱਡੇ ਸਾਹਿਬ ਬਾਬਾ ਗੁਰਦੁਆਰਾ ਜੀ ਨੂੰ ਕੀਤਾ ਮੇਰੇ ਲਾਜ ਤੁਸੀਂ ਇੱਥੇ ਰਹੋ ਪੈਦੇ ਖਾਂ ਦੇ ਉਰੇ ਪਿੰਡ ਤੋਂ ਦਿੱਤਾ ਸਤਗੁਰੂ ਜੀ ਬੁਲਾਵੇ ਵੀ ਧਰਤੀ ਪਹੁੰਚੀ ਹੈ ਦਰਬਾਰ ਨੂੰ ਸਹਿਬ ਗੁਰੂ ਪਿਆਰੀਆਂ ਸੰਗਤਾਂ ਆ ਕੇ ਸਰਵਣ ਦਰਸ਼ਨ ਦੁਆਰੇ ਕਰ ਰਹੀ ਹੈ ਇੱਥੋਂ ਪਤਾ ਲੱਗਾ ਰਿਹਾ ਕਿ ਵੀ ਪਿਆਰੀ ਸੰਗਤੋ ਵਿਆਹ ਦਰਿਆ ਦੇ ਕੰਢੇ ਵਿੱਚ ਦੋ ਪਿੰਡ ਹੈ ਬਾਘਾ ਤੇ ਰਹਿਣਾ ਪਿੰਡ ਪਿਆਰੇ ਖਾਲਸਾ ਜੀ ਇੱਥੋਂ ਦੇ ਗੁਰਮੁਖ ਪਿਆਰੀਆਂ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਸਾਡੇ ਇਲਾਕੇ ਵਿੱਚ ਚੌਧਰੀ ਭਗਵਾਨ ਦਾਸ ਨੇ ਬੜੀ ਅੱਪ ਚੁੱਕੀ ਹੋਈ ਹੈ ਉਹਨੇ ਸਾਡੇ ਜ਼ਮੀਨਾਂ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਕਿਸਮਤ ਬਾਹਰ ਨਹੀਂ ਆਉਂਦਾ ਤੇ ਨਾਲੇ ਵਰਖਾ ਵੀ ਲੋਕ ਸਾਹਮਣੇ ਸਾਡੇ ਇਲਾਕੇ ਵਿੱਚ ਚੰਨ ਪਾਵੋ ਕਦੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਸੰਗਤ ਦੀ ਕੀਤੀ ਬੇਨਤੀ ਪ੍ਰਵਾਨ ਹਜ਼ੂਰ ਆਪਣੀ ਜੱਗੀ ਸਾਨੂੰ ਨਾਲ ਲੈ ਕੇ ਵਿਆਹ ਦਰਿਆ ਦੇ ਕੰਢੇ ਤੇ ਪਹੁੰਚੇ ਅਗਿਆਨ ਜਿਗਰ ਕਰਵਾ ਜਵਾਨ ਤਾਂ ਜਿਹਨੂੰ ਵੇਖਿਆ ਮਹਾਰਾਜ ਦਾ ਮਨ ਬੜਾ ਖੁਸ਼ ਹੋਇਆ ਜਿੱਥੇ ਗਏ ਮਹਿਬ ਦਾ ਸਤੂ ਸੋ ਥਾਨ ਸਹਾਵਾ ਰਾਮ ਰਾਜੇ ਉਹ ਧਰਤੀ ਨੂੰ ਚਾਰ ਦਿਨ ਲੱਗੇ ਕਦੇ ਕਹਿ ਲਗੇ ਕਈ ਲਿਆਵੋ ਕਈ ਮੰਗਾਈ ਗਈ ਹਜ਼ੂਰ ਪਹਿਲਾ ਟੱਪ ਕਈ ਨਾਲ ਆਪ ਲਾ ਰਿਹਾ Thank you.
ਦੇ ਮੋਰੀ ਗੱਡੀ ਹੈ ਇਹਦਾ ਨਾਮ ਰੱਖਿਆ ਗਗਨਪੁਰਾ ਪਰ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਤੱਕ ਤੇ ਪਹੁੰਚੇ ਕਈ ਦਾ ਪਹਿਲਾ ਟੱਪ ਹੈ ਕਿ ਉਹਦੇ ਆਪਣੇ ਥਰਨ ਲਵਾਇਆ ਤੇ ਇਹਦਾ ਨਾਮ ਰੱਖਿਆ ਸ੍ਰੀ ਹਰਿਮੰਦਰ ਸਾਹਿਬ ਮੀਆਂ ਉਸਾਰੀਆਂ ਜਾ ਰਹੀਆਂ ਭਗਵਾਨ ਦਾਸ ਕਿਰਨ ਨੂੰ ਇਹਦਾ ਪਤਾ ਆਪਣੇ ਪੰਜ ਸੱਤ ਬੰਦਿਆਂ ਨੂੰ ਨਾਲ ਲੈ ਕੇ ਕਹਿੰਦਾ ਹੈ ਆ ਗਏ ਦੇ ਗੁਰੂ ਹਰਿਮੰਦਰ ਪਾਤਸ਼ਾਹ ਮਹਾਰਾਜ ਮੇਰਾ ਇਲਾਕਾ ਮੰਨਣ ਵਾਸਤੇ ਇਹ ਤਾਂ ਉਹਨੇ ਨਿਕਲਣਾ ਨਹੀਂ ਧੱਕੇ ਮਾਰ ਕੇ ਇਸ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਚੌਵੀ ਭਗਵਾਨ ਦਾਸ ਆਇਆ ਤੁਹਾਡੇ ਵਰਗੀਆਂ ਪਿਆਰੀਆਂ ਸੰਗਤਾਂ ਕਰਦੇ ਪਾਤਸ਼ਾਹ ਮਹਾਰਾਜ ਜੀ ਦਾ ਬਹੁਤ ਸਤਿਕਾਰ ਮਾਰ ਕਰਦੀ ਭਗਵਾਨ ਦਾਸ ਨੂੰ ਨਾ ਕੋਈ ਮੱਥਾ ਟੇਕਿਆ ਨਾ ਕੋਈ ਨਮਸਕਾਰ ਕੀਤੀ ਦਾਤਾ ਮਾਰ ਕੇ ਕਹਿਣ ਲੱਗਾ ਵੀਰੇ ਕੁੜੀ ਦਾ ਬਾਲ ਜਾ ਇਹ ਵਾਕਾ ਮੇਰਾ ਹੈ ਇਹਦੇ ਇਲਾਕੇ ਤੁਹਾਨੂੰ ਕਿਸ ਨੂੰ ਯਾਦ ਕੀਤਾ ਗੁਰੂ ਹਰਿਮੰਦਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਚੌਧਰੀ ਬੈਠਾ ਗੁਰੂ ਕੀ ਸੰਗਤ ਵਿੱਚ ਤੁਹਾਨੂੰ ਦਾਤਾ ਸਾਨੂੰ ਕਿਸ ਨੇ ਬੁਲਾਇਆ ਕਹਿੰਦਾ ਜਲਦੀ ਬੋਲ ਕਿਸ ਨੇ ਬੁਲਾਇਆ ਮੇਰੇ ਇਲਾਕੇ ਵਿੱਚ ਇਹ ਧਰਤੀ ਮੇਰੀ ਹੈ ਸਤਿਗੁਰੂ ਗੁਰੂ ਹਰਿਮੰਦਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਆ ਸਾਹਮਣੇ ਬੈਠੇ ਗੁਰੂ ਕਹਿੰਦਾ ਸੰਗਤਾਂ ਇਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੇ ਨਵਾਂ ਨਗਰ ਵਸਾ ਕੇ ਮੈਂ ਚਲੇ ਜਾਣਾ ਇੱਥੇ ਕੋਈ ਇੱਕ ਲਾ ਕੇ ਖੜਾ ਆਪਾਂ ਚੌਵੀ ਭਗਵਾਨ ਦਾਸ ਕਹਿੰਦਾ ਵਾਹ ਭਾਈ ਵਾਹ ਆਈ ਅੱਗ ਲੈਣ ਵਾਲੀ ਤੇ ਧਰਤੀ ਮਾਲਕ ਬਣ ਕੇ ਬੈਠ ਗਿਆ ਪੂਰਾ ਟਾ ਦੇਵੋ ਕਹਿੰਦਾ ਧੱਕੇ ਮਾਰ ਕੇ ਇਸ ਗੁਰੂ ਨੂੰ ਕਰ ਦੇਵੋ ਸ਼ਹਿਰ ਦੇ ਵਿੱਚ ਬਾਹਰ ਕਰਦੇ ਪਾਤਸ਼ਾਹ ਮਹਾਰਾਜ ਜੀ ਜਦ ਜੋਸ਼ ਹੋ ਜਾ ਕੇ ਬੋਲੇ ਚੌਵੀਆ ਅੱਗੇ ਉਹਨੂੰ ਜਿਸ ਨੇ ਕੋਸ਼ਿਸ਼ ਕੀਤੀ ਨਾ ਇਹ ਕਿਸੇ ਬੰਦੇ ਦਾ ਥਰਮ ਨਾ ਰੱਖੇ ਉਹਨਾਂ ਨੀਆਂ ਨਹੀਂ ਇਹ ਖੁਦ ਮੈਂ ਪੰਜ ਗੁਰੂ ਸਾਹਿਬਾਨਾਂ ਜੀ ਦੇ ਚਰਨਾਂ ਦੇ ਦਾਸ ਬੇਨਤੀ ਕੀਤੀ ਤੇ ਪਹਿਲਾ ਕਹਿੰਦਾ ਟੱਪ ਮੈਂ ਲਾਇਆ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕੀਤਾ ਜਿਹਨਾਂ ਨੇ ਅੱਗੇ ਬੰਦਾ ਬਣਿਆ ਉਹ ਕਿਹਾ ਕਿੱਡੇ ਚਾੜ ਕੇ ਰੱਬ ਜਾਣਗੇ ਉਸ ਨੂੰ ਮੌਤ ਦੀ ਕਾਰ ਉਤਾਰਿਆ ਜਾਵੇ ਇੱਥੋਂ ਤੱਕ ਇਹ ਹੰਕਾਰ ਵਿੱਚ ਆ ਕੇ ਚੌਵੀ ਭਗਵਾਨ ਦਾਸ ਕਹਿੰਦਾ ਤੈਨੂੰ ਭੁੱਲ ਗਏ ਹੋ ਦਿਨ ਹਾਂ ਜਦੋਂ ਤੁਹਾਡੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੱਤੀਆਂ ਤਵੇ ਨੂੰ ਬਿਠਾ ਕੇ ਲੋਕ ਤੇ ਸਾੜ ਕੇ ਸ਼ੀਲ ਕੀਤਾ ਗਿਆ ਅਜੇ ਰਾਵੀ ਦੇ ਕੰਢੇ ਉੱਤੇ ਨਿਸ਼ਾਨ ਨਹੀਂ ਪੁੱਜੇ ਇੱਕ ਬੋਬੀ ਬਾਦ ਦਾ ਭਗਵਾਨ ਦਾ ਸੋਸ ਦਾ ਸੀਰ ਕਾਹਨੀ ਦੱਸਿਆ ਉਹ ਕਹਿੰਦੀ ਗੱਲ ਕਾਕਾ
ਰਾਜਪਾਲ ਪਾਤਸ਼ਾਹ ਮਹਾਰਾਜ ਜੀ ਜਾਂਦੇ ਰਹੇ ਗੱਲ ਉਦੋਂ ਵਧੀ ਜਦੋਂ ਪਿਆਰੀ ਸਾਧ ਸਿੰਘ ਜੀ ਤੁਹਾਨੂੰ ਉਸਨੇ ਗਾਲਾਂ ਦੇਣੇ ਸ਼ੁਰੂ ਕਰ ਦਿੱਤੀ ਕਰਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬੀਬੀ ਚੰਦਾ ਹੁਣ ਤਾਂ ਸਿਰ ਤੋਂ ਪਾਣੀ ਵਹਿ ਚੁੱਕਾ ਹੈ ਮੇਰਾ ਹੁਕਮ ਹੈ ਇਹ ਚੌਦਾਂ ਗੱਲ ਮੁੜ ਤੇਰੇ ਪ੍ਰਾਣ ਕੱਢੇ ਜਾਣ ਬਾਬਾ ਬੀਬੀ ਚੰਦ ਜੀ ਸੰਗੋ ਚ ਉੱਠੇ ਬਾਜੋ ਚੱਪੇ ਉਹਨੇ ਘਰੋਂ ਫੜ ਕੇ ਚੁੱਕਿਆ ਪਹਿਲੇ ਖਾਲਸਾ ਜੀ ਧਰਤੀ ਨੂੰ ਬਾਹਰ ਆ ਗਏ ਮੋਟੇ ਮੋਟੇ ਡੇਲੇ ਦੇ ਬਾਹਰ ਆ ਗਏ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਛੱਡੇ ਇਸ ਨੂੰ ਚੰਗਾ ਪਟਾਕਾ ਪਾ ਗਿਆ ਵੀ ਦੁਨੀਆਂ ਦੇ ਭਗਵਾਨ ਦਾਸ ਪਹੁੰਚ ਗਿਆ ਪਹਿਲੇ ਖਾਲਸਾ ਜੀ ਲੜਾਈ ਦਾ ਮੁੱਢ ਬਚ ਗਿਆ ਬਾਪੂ ਸ਼ਿਵ ਜੀ ਲਿਖਦੇ ਹੈ ਮੇਰੇ ਕਣਕ ਧਾਰੀ ਗੁਰੂ ਪਾਰ ਦੁਨੀਆ ਪਹੁੰਚੇ ਵਿੱਚ ਵਿਆੜ ਕੀ ਆਣ ਭਾਈ ਔਰ ਕੰਡਾ ਵੇਖ ਵਿਆਹ ਦਾ ਥਾਂ ਸੁੰਦਰ ਹਰ ਸਿੰਘ ਕੋਲ ਲੱਗੇ ਉਸਾਨ ਭਾਈ ਉਹਨਾਂ ਪਿੰਡਾਂ ਦਾ ਚੌਧਰੀ ਚੱਤਰੀ ਸੀ ਮਿੱਤਰ ਚੰਦੂ ਦਾ ਨਾਮ ਭਗਵਾਨ ਭਾਈ ਉਹ ਈਰਖਾ ਸੀ ਉਹਦੇ ਦਿਲ ਅੰਦਰ ਔਰ ਜਿੰਨੇ ਚੰਦੂ ਦਾ ਲੈ ਸੀ ਪ੍ਰਾਣ ਭਾਈ ਪਰੇ ਵਿੱਚ ਜੀਵਾਂ ਦੇ ਆ ਕੇ ਉਹ ਲੱਗਾ ਸਤਵਾ ਪਾਈ ਤਾਂ ਵਿਧਾਨ ਪਾਈ ਕਿਆ ਬਹੁਤ ਗੁਰਾਂ ਦੀ ਛਾਣ ਅੰਦਰ ਸੁਣ ਕੇ ਪ੍ਰਗਟ ਸਿੰਘ ਭਗਵਾਨ ਭਾਈ ਚਾਹਤਾ ਜੋ ਛਕਾਇਆ ਮੈਂ ਚੌਧਰੀ ਨੂੰ ਛੱਡੀ ਕੱਢ ਕੇ ਉਹਦੀ ਜਾਨ ਭਾਈ ਕੀਤਾ ਜਲ ਪ੍ਰਵਾਹ ਫਟੋ ਤਾਈ ਬਾਕੀ ਛੱਡਿਆ ਨਹੀਂ ਨਿਸ਼ਾਨ ਭਾਈ ਔਰ ਸੀਵਰ ਖੱਪਿਆ ਕਿਸੇ ਕੀ ਜਾਤ ਦੇ ਅੰਦਰ ਕਰਕੇ ਗੁਰਾਂ ਦੇ ਨਾਲ ਸੰਸਕਾਰ ਭਾਈ ਇਹਦਾ ਪੋਤਾ ਰਤਨ ਚੰਦ ਰੋਂਦਾ ਪਿੰਡ ਦਾ ਪਹੁੰਚਿਆ ਜਲੰਧਰ ਦੇ ਸੂਬੇਦਾਰ ਉਦਲੇ ਖਾਂ ਦੇ ਕੋਲ ਉੱਥੇ ਕਰਮ ਚੰਦ ਵੀ ਬੈਠਾ ਹੋਇਆ ਚੰਦੂ ਦਾ ਪੁੱਤਰ ਕਹਿੰਦਾ ਕਹਿੰਦਾ ਇਹਦਾ ਬਾਪ ਨੀ ਮਾਰਿਆ ਅਜੇ ਥੋੜੇ ਸਮੇਂ ਦੀ ਗੱਲ ਹੈ ਵੀ ਚੰਦਰ ਨੱਚ ਮਿਲ ਕੇ ਪਾ ਕੇ ਮੇਰੇ ਚੋਰੀ ਮੌਤ ਦੀ ਗੱਲ ਉਤਾਰਿਆ ਇਹਦਾ ਪੱਗਾ ਲਾ ਕੇ ਸੁੱਕੇ ਉਦਲੇ ਖਾਂ ਦੇ ਪਰੇ ਦਰਬਾਰ ਵਿੱਚ ਅਬਦੁੱਲਾ ਖਾਨ ਪਰਚੇ ਵਿੱਚ ਆ ਗਿਆ ਕੋਈ ਜੰਗੀ ਸਾਰਾ ਨਹੀਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨਾ ਉਹ ਜਦੋਂ ਪਹਿਲੀ ਲੜਾਈ ਵਿੱਚ ਮਾਰੇ ਗਏ ਹਨ ਜਦੋਂ ਬੰਦਾ ਕਿਸੇ ਦੇ ਪਰਚੇ ਵਿੱਚ ਸਾਧ ਸਿੰਘ ਜੀ ਆ ਜਾਵੇ ਉਹ ਮੌਤ ਦੀ ਡਰ ਉੱਤਰ ਜਾਂਦਾ ਹੈ ਅਬਦੁੱਲਾ ਖਾਨ ਆ ਗਿਆ ਪਰਚੇ ਵਿੱਚ 15,000 ਫੌਜ ਚਾਹ ਕੀਤੀ ਮਾਰ ਕੇ ਨਾਰੇ ਦਾ ਛੋਟਾ ਪਹਿਲੇ ਖਾਲਸਾ ਜੀ ਫੌਜ ਰੰਗ ਤੋਂ ਚੜ ਪਈ ਉਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪਲ ਪਲ ਤੇ ਖਬਰ ਪਹੁੰਚ ਰਹੀ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੋਧੇ ਜਰਨੈਲ ਬਿਧੀ ਚੰਦ ਨੂੰ ਕੋਲ ਬੁਲਾ ਕੇ ਕਿਹਾ ਪੁੱਤਰ ਬਿਧੀ ਕੰਦਾ ਕਿਲਾ ਮੁਕੰਮਲ ਤੌਰ ਤੇ ਪੂਰਾ ਹੋ ਚੁੱਕਾ ਦਰਬਾਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕੇ ਕਿਹਾ ਹਾਂ ਪਿਤਾ ਜੀ ਬਿਲਕੁਲ ਕੋਟ ਬਿਲਕੁਲ ਤਿਆਰ ਹੋ ਚੁੱਕਾ ਹੈ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਮੋਰਚਾ ਬੰਦੀ ਕਰਨ ਵਾਸਤੇ ਆਪਣੇ ਸਿੱਖਾਂ ਨੂੰ ਕੀਤਾ ਹੁਕਮ ਪਹੁੰਚੀ 15,000 ਸੈਨਾ ਸਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਥੇ ਨਿਯੁਕਤ ਕੀਤੇ ਪਹਿਲਾ ਜਥਾ ਭਾਈ ਜੱਟੂ ਜੀ ਦਾ ਪਿਆਰੇ ਖਾਲਸਾ ਜੀ ਇਹਦੇ ਮੁਕਾਬਲੇ ਉੱਤੇ 2,000 ਫੌਜ ਲੈ ਕੇ ਮਮਖਣ ਆਇਆ ਮਾਰਿਆ ਗਿਆ ਭਾਈ ਜੱਟੂ ਜੀ ਸ਼ਹੀਦੀ ਪ੍ਰਾਪਤ ਕਰ ਗਿਆ ਇਸ ਤੋਂ ਅੱਗੇ ਵਿਰਭ ਖਾ ਵਧਿਆ ਉਹਦੇ ਮੁਕਾਬਲੇ ਉੱਤੇ ਭਾਈ ਪਰਾਗਾ ਜੀ ਦੀਵਾਨ ਭਾਈ ਬਲਵੰਤ ਜੀ ਨੇ ਪਿਤਾ ਜੀ ਆਏ ਇਹਦੇ ਤੋਂ ਵਿਰਭ ਖਾ ਮਾਰਿਆ ਗਿਆ ਬਲਵੰਤ ਖਾ ਮਾਰਿਆ ਗਿਆ ਹੁਣ ਅਬਦੁੱਲਾ ਖਾਨ ਕਿਹਨੂੰ ਅੱਗੇ ਭੇਜੇਗਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਮੁਕਾਬਲੇ ਉੱਤੇ ਇਹਨੇ ਆਪਣੇ ਪੁੱਤਰ ਨੂੰ ਕਿਹਾ ਤੂੰ ਅੱਗੇ ਚੱਲ ਬਈ ਇਹਦਾ ਨਾਮ ਹੈ ਕਰੀਮ ਬਖਸ਼ ਔਰ ਕਰੀਮ ਬਖਸ਼ ਲੈ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਬਦਲਾ ਇਹਨੇ ਕੈਂਡਾ ਨਾਲਾ ਮਾਰਿਆ ਨਾਲ ਤੰਦੂ ਦਾ ਪੁੱਤਰ ਕਹਿਣ ਲੱਗਾ ਮੈਂ ਵੀ ਕਹਿਣ ਲੱਗਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਮੁਕਾਬਲੇ ਦਿੱਤੀ ਦੂਸਰੀ ਜੰਗ ਇਤਿਹਾਸ ਖੇਡਾਂ ਦਾ ਪਹਿਲੇ ਖਾਲਸਾ ਜੀ ਇਹਦੇ ਲੜਾਈ ਦੇ ਵਿੱਚ ਕਿੰਨੇ ਸੂਰਮੇ ਦੇ ਕਿੰਨੇ ਨਾਂ ਦੇ ਆਣ ਕੇ ਟੱਕਰੇ ਪਹਿਲੇ ਖਾਲਸਾ ਜੀ ਆ ਜਿਹੜਾ ਮੈਂ ਹੁਣ ਵਾਰ ਪੇਸ਼ ਕਰਨੀ ਚਾਹੁੰਦਾ ਹਾਂ ਇਹਦੇ ਮੁਕਾਬਲੇ ਉੱਤੇ ਇੱਕ ਪਾਸੇ ਬਿਧੀ ਚੰਦ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਜੋਧਾ ਜਰਨੈਲ ਇੱਕ ਪਾਸੇ ਕਰੀਮ ਬਖਸ਼ ਅਬਦੁੱਲੇ ਖਾਨ ਦਾ ਵੱਡਾ ਪੁੱਤਰ ਤੇ ਉਸ ਤੋਂ ਬਾਅਦ ਕਰਮ ਚੰਦ ਚੰਦੂ ਦਾ ਪੁੱਤਰ ਆ ਕੇ ਮੈਦਾਨੇ ਜੰਗ ਵਿੱਚ ਲੈ ਕੇ ਬਿਧੀ ਚੰਦ ਆਪਣੇ ਗੁਰੂ ਪਾਜ ਦੇ ਕੋਲ ਆ ਗਿਆ ਜਿਵੇਂ ਮੈਦਾਨੇ ਜੰਗ ਦੇ ਜੰਗ ਦੇ ਦੋਨਾਂ ਮੁਕਾਬਲਾ ਕਰਦਾ ਤੁਹਾਡੀ ਇੱਥੇ ਵੇਖੋ thank you.
अपने नियत किए समय में इस प्रसंग पूरा करने जा रहा हाँ करीम वर्षिप की कदर तो मारा गया बाबा जी परिवार लैके उस वेले करमचंद देवा दे मनाने जंग विच करमचंद ने कदा खेडिया ਉਹ ਗੁਰਦੇਵ ਦੇ ਸਿੱਖ ਦੇ ਚਰਨਾਂ ਵਿੱਚ ਡਿੱਗ ਪਿਆ ਕਹਿਣ ਲੱਗਾ ਪਿਤਾ ਕਹਿੰਦਾ ਮੈਨੂੰ ਨਾ ਮੌਤ ਦੀ ਘਾਟ ਉਤਾਰੀ ਮੈਨੂੰ ਤੇ ਇਹ ਨਾਲ ਲਾ ਕੇ ਆਇਆ ਮੁੰਡਾ ਨਾ ਅਬੂਲੇ ਖਾਨ ਦਾ ਅੱਛਾ ਮੇਰੇ ਗੁਰੂ ਦਾ ਹੁਕਮ ਹੈ ਮੈਨੂੰ ਕਿ ਜਿਹੜਾ ਮੈਦਾਨੇ ਜੰਗ ਦੇ ਹੱਥ ਖੜੇ ਕਰ ਦੇਵੇ ਕਦੇ ਮਾਤ ਦਾ ਦਰਬਾਰ ਨਹੀਂ ਕਰਨੀ ਰੋਗੀ ਉੱਤੇ ਬੁੱਢੇ ਉੱਤੇ ਆਪਣੇ ਇਸਤਰੀ ਉੱਤੇ ਮਾਸੂਮ ਬੱਚੇ ਉੱਤੇ ਵਾਰ ਕਰਨਾ ਹੈ ਮਾਂ ਪਾਪ ਹੈ ਸਾਫਾ ਮਾਇਆ ਪਿਤਾ ਜੀ ਨੇ ਆਪਣੇ ਘਰ ਵਿੱਚ ਪਾ ਕੇ ਕਰਮਚੰਦ ਦੇ ਘਰ ਵਿੱਚ ਘਲੀਸ ਕੇ ਲੈ ਗਏ ਉਹ ਥਾਂ ਦੇ ਜਿੱਥੇ ਛੇਵੇਂ ਪਾਤਸ਼ਾਹ ਜਿੱਥੇ ਦਿੱਤੇ ਆਪਣੇ ਸੂਰਮੇ ਦੀ ਜਗ੍ਹਾ ਵੇਖ ਰਹੇ ਹੱਸ ਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬੁੱਧੀ ਚੰਦਾ ਇਹਨੂੰ ਛੱਡ ਦੇ ਸਾਡਾ ਇਹਨਾਂ ਨਾਲ ਕੋਈ ਵੈਰ ਨਹੀਂ ਜਾ ਉਹ ਕਰਮਚੰਦਾ ਭਾਜਾ ਇਹ ਮੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਕਿੱਡਾ ਵੱਡਾ ਹੌਸਲਾ ਹੈ ਕਿੱਡਾ ਵੱਡਾ ਦਿਲ ਹੈ ਉਹ ਵੈਰੀ ਦੁਸ਼ਮਣ ਕਾਬੂ ਆਇਆ ਹੋਵੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਛੱਡ ਦੇ ਉਸ ਨੂੰ ਜਾ ਕਰਮਚੰਦਾ ਮਦਾਨੇ ਜਗਵੇ ਦਾ ਹੋਰ ਕੋਈ ਨਹੀਂ ਅੱਖਾਂਗੇ ਇਹ ਪੰਜਾਬ ਦੇ ਭੁੱਲੇ ਖਾਨ ਦੇ ਕੋਲ ਪਹੁੰਚਾ ਇੱਕ ਨਵੀਂ ਵਿਉਹ ਬਣਾਈ ਇਹਨੇ ਕਿਹਾ ਗੁਰੂ ਦੇ ਕੋਲ ਕੋਈ ਜੱਗੀ ਸਾਣਾ ਨਹੀਂ ਰਹਿ ਗਈ ਮੈਂ ਪੇਟ ਲੈ ਕੇ ਆਇਆ ਹਾਂ ਹੁਣ ਤਾਂ ਮੁਕਤ ਦੀ ਪਲ ਹੈ ਜੇ ਆਪਾਂ ਤਿੰਨੇ ਮੁਕਾਬਲੇ ਚੱਲੀਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਜ਼ਰੂਰ ਜਿੱਤ ਲਵਾਂਗੇ ਜਦੋਂ ਤਿੰਨੇ ਦੇਖੇ ਆਉਂਦੇ ਦਰਦੇਵ ਕਹਿਣ ਲੱਗੇ ਬਿਧੀ ਚੰਦਾ ਮੈਦਾਨੇ ਜੰਗ ਵੇ ਆਪਣਾ ਨੀਲਾ ਘੋੜਾ ਕਿਵੇਂ ਲਾ ਹੋਏ ਜਨਾਬ
महाबली सतगुरु गुरु अर्जुन पातशाह महाराज जी हुए तिना का मुकाबला करते जे मुर्दा खान वार करता है कदम रोकते जे कर्म चंद वार करता वाला वार रोकते जे रतन चंद भगवान दास का पुत वार करता ओदा वार ही हजूर टाल विच रोकते इहदे विच दूसरी जंग विच गुरु हरगोबिंद पातशाह महाराज जी लड़दे लड़दे मीर दी दरबार पर तक डिग पई विधि चलना क्या उच्ची सारी महाराज पीर दी दरबार बार जगा लो गुरदेव कहिंदे ने अड्डी दंदा जे पीरी दी तलवार मैदान दे विच बाहर निकाले धरती पाड़ लगदी पछाड़ आ जावेगा मेरे गुरु पिता फिर तिने मग के कहने करदे कहिंदा कीड़ा ना पत्था भर के रख्या होया ला भी तगड़ा हो जा मुल्ला खान जेड़े परले खड़ा खड़ा रहे ला भी कर्मचंद तू भी अपने परले समर के रही एक एक तीर मार के हजूर पातशाह महाराज जी ने दूसरी जंग तेरे जिंदी पुरोली ना टाड़ी इथे बेनती कर Thank you.
ਉਹਿਆਂ ਪੁਰਾ ਕਰਕੇ ਨਹੀਂ ਮਾਫੀ ਤਿੰਨੇ ਮਾਰੇ ਜਗੈਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਹ ਦੂਸਰੀ ਜੰਗ ਵੀ ਜਿੱਤ ਲਈ ਆਪ ਜੀ ਨੇ ਇਤਿਹਾਸ ਬੇਟਾ ਮਾਇਆ ਭੇਜੀਏ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੇਰੀ ਪ੍ਰੀਤ ਦੇ ਮਾਲਕ ਜੀ ਤੁਹਾਡੇ ਖਜ਼ਾਨੇ ਭਰਪੂਰ ਰੱਖਣ ਇੱਕ ਹਫ਼ਤਾ ਪੂਰੀ ਸੇਵਾ ਕੀਤੀ ਹੈ ਗੁਰੂ ਪਿਆਰੇ ਦਾ ਸੰਗਤਾਂ ਨੇ ਬਹੁਤ ਮਾਣ ਦਿੱਤਾ ਅਰਦਾਸ ਕਰਦਾ ਆਪ ਜੀ ਦੇ ਪਰਿਵਾਰਾਂ ਵਾ ਕੇ ਮਹਾਰਾਜ ਚੜ੍ਹਨ ਕਲਾ ਪਾਤਸ਼ਾਹ ਖਜ਼ਾਨੇ ਭਰਪੂਰ ਰੱਖਣ ਗੁਰੂ ਘਰ ਦੀ ਪ੍ਰਬੰਧਕ ਭੇਟੀ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਤੇ ਗੁਰੂ ਘਰ ਦੇ ਰਾਜੀ ਸਿੰਘਾਂ ਦਾ ਤਹਿਤ ਮਤਲਬ ਆਗੀਆਂ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ ਆਸ ਲੱਗਦਾ ਕਿ ਆਉਂਦੀ ਵਾਰ ਨੂੰ ਜਦੋਂ ਤੁਹਾਡੇ ਕੋਲ ਆਵਾਂਗੇ ਤੁਸੀਂ ਇਤਨਾ ਮਾਣ ਮਸਲ ਰਹੋਗੇ ਨਵੀਂ ਤੁਹਾਡੀ ਜਿੱਥੇ ਨੂੰ ਹੋਇਆ ਭੁੱਲਾ ਕਰਕੇ ਦੀ ਮਾਫੀ ਸਰਕਾਰ ਖਾਲਸਾ ਜੀ ਫਤਿਹਗੜ੍ਹ ਵਿਖੇ ਬਣਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।